सत श्री अकाल जी। अज जिहड़ा मैं तुहाडे नाल डिज़ाइन शेयर करन लगी हाँ बड़ा यूनीक आ। इहदे लई तुसी देख लो सिंपल जी शेप आ, तीन पत्तियां दी एक कली बनाई आ सी। इह मैनू डिज़ाइन किसी ने वट्सअप ते सेंड किया और कहा सी भी बना दो। सो अज लई मैं कुछ सोचा भी नहीं सी, सोचा कि चलो यही बना दिनी है। ठीक आ, सब तो पहला तुसी एक कलर फिल कर लेना। मैं परपल कलर जिहड़ा आ ना शेप दे विच फिल कर रही हाँ। ठीक आ, ਇਹਦੇ ਲਈ ਤੁਸੀਂ 4 ਨੰਬਰ ਦਾ ਬ੍ਰਸ਼ ਲੈ ਲਿਓ ਫਿਲ ਕਰਨ ਦੇ ਲਈ। ਅਤੇ ਜੇ ਤੁਸੀਂ ਫਲਾਰ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਫਿਰ 6 ਨੰਬਰ ਦਾ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਮਤਲਬ ਸ਼ੇਪ 'ਤੇ ਡਿਪੈਂਡ ਕਰਦਾ ਹੁੰਦਾ ਨਾ। ਔਰ ਉਸ ਤੋਂ ਬਾਅਦ ਜਿਹੜਾ ਕਲਰ ਆ ਨਾ ਉਹਨੂੰ ਮੈਂ ਵੈਸੇ ਪਤਲਾ ਬਿਲਕੁਲ ਨਹੀਂ ਕੀਤਾ, ਐਜ਼ ਇਟ ਇਜ਼ ਹੀ ਚਲਾਇਆ। ਠੀਕ ਆ, ਅਤੇ ਮਤਲਬ ਕਾਫੀ ਕਮੈਂਟਸ ਆਉਂਦੇ ਹੋ ਕਿ ਪਤਲਾ ਕਰਨਾ ਆ ਕਲਰ ਜਾਂ ਨਹੀਂ ਕਰਨਾ, ਮਤਲਬ ਕਿਵੇਂ ਪਤਾ ਚੱਲੇਗਾ ਕਿ ਸਾਨੂੰ ਇੱਥੇ ਪਤਲਾ ਕਰਨ ਦੀ ਲੋੜ ਆ ਜਾਂ ਨਹੀਂ ਲੋੜ। ਸੋ ਡਿਪੈਂਡ ਵੀ ਕਰਦਾ ਹੁੰਦਾ ਫੈਬਰਿਕ ਕਿਵੇਂ ਦਾ ਆ, ਕਿਸ ਤਰ੍ਹਾਂ ਦਾ। ਹੁਣ ਇਹਦੇ ਸੈਂਟਰ ਦੇ ਵਿੱਚ ਨਾ ਦੇਖੋ ਸਟੋਕ ਲਗਾਉਣੇ ਆ। ਠੀਕ ਹੈ, ਪੱਤੀ ਦੀ ਸ਼ੇਪ ਦੇ ਵਿੱਚ ਸਟੋਕ ਲਗਾਉਣੇ, ਔਰ ਬ੍ਰੱਸ਼ ਤੁਸੀਂ ਰਾਊਂਡ ਵੀ ਯੂਜ਼ ਕਰ ਸਕਦੇ ਹੋ ਅਤੇ ਫਲੈਟ ਵੀ। ਮੈਂ ਫਲੈਟ ਨੂੰ ਟੇਢਾ ਕਰਕੇ ਯੂਜ਼ ਕਰ ਰਹੀ ਹਾਂ। ਔਰ ਦੂਸਰੀ ਸਾਈਡ 'ਤੇ ਨਾ ਦੇਖੋ ਪੱਤੀ ਦੀ ਸ਼ੇਪ ਦੇ ਨਾਲ ਨਾਲ ਸਟੋਕ ਲਗਾਏ ਮੈਂ। ਠੀਕ ਹੈ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਮਝ ਸਕਦੇ ਹੋ। ਉਸ ਤੋਂ ਬਾਅਦ ਉੱਪਰੋਂ ਫਿਰ ਜਿਹੜੀ ਉੱਪਰ ਵਾਲੀ ਪੱਤੀ ਆ ਉਹਦੇ ਇੱਕ ਸਾਈਡ 'ਤੇ ਮੈਂ ਨਾਲ ਨਾਲ ਸਟੋਕ ਲਗਾਤੇ। ਠੀਕ ਹੈ, ਇਸ ਤਰ੍ਹਾਂ ਤਾਂ ਬਸ ਇੰਨਾ ਹੀ ਸਾਡਾ ਡਿਜ਼ਾਈਨ ਸੀ। ਸੋ ਇਹਨੂੰ ਹੁਣ ਤੁਸੀਂ ਇੱਕ ਮੈਂ ਜਿਹੜੀ ਦੂਸਰੀ ਵੀ ਤੁਸੀਂ ਵੱਡ ਦੇਖ ਰਹੇ ਹੋ ਨਾ ਬੰਦ ਵਾਲੀ, ਉਹ ਵੀ ਮੈਂ ਤੁਹਾਨੂੰ ਸਿੰਪਲ ਦੇਖੋ ਪਹਿਲਾਂ ਡਰਾਅ ਕੀਤੀ ਪੱਤੀ ਵਾਂਗ, ਔਰ ਇਹਨੂੰ ਵੀ ਉਸੇ ਤਰ੍ਹਾਂ ਹੀ ਅਸੀਂ ਜਿਹੜਾ ਆ ਇਹਦੇ ਵਿੱਚ ਕਲਰ ਫਿਲ ਕਰਾਂਗੇ। ਕਲਰ ਆਰਾਮ ਦੇ ਨਾਲ ਫਿਲ ਕਰਨਾ ਆ, ਜ਼ਿਆਦਾ ਥੋੜ੍ਹਾ ਮਤਲਬ ਨਹੀਂ ਹੋਣਾ ਚਾਹੀਦਾ। ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਤੁਹਾਡਾ ਕਲਰ ਆ ਨਾ ਉਹ ਇਕੁਅਲ ਜਿਹੜਾ ਉਹ ਫੈਲੇ। ਸੋ ਮੇਰੇ ਬਿਗਨਰਸ ਵਾਸਤੇ ਵੀ ਜਿਹੜੇ ਕੰਟੀਨਿਊ ਆ ਡਿਜ਼ਾਈਨ ਮੈਂ ਸੈਂਡ ਕਰ ਰਹੀ ਹਾਂ, ਸਿੰਪਲ ਸਿੰਪਲ ਔਰ ਕੁਝ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਕਿ ਪੇਂਟਿੰਗ ਨੋਰਮਲੀ ਜਿਹੜੇ ਕਰਦੇ ਨੇ, ਔਰ ਉਹਨਾਂ ਨੂੰ ਕੋਈ ਨਾ ਕੋਈ ਤਾਂਘ ਹੁੰਦੀ ਹੈ ਕਿ ਆਹ ਡਿਜ਼ਾਈਨ ਅਸੀਂ ਕਿੱਦਾਂ ਕਰਨਾ ਉਹ। ਸੋ ਇਹ ਉਹਨਾਂ ਦੇ ਲਈ ਆ, ਔਰ ਬਾਅਦ ਵਿੱਚ ਆਪਾਂ ਹੌਲੀ ਹੌਲੀ ਜਿਸ ਤਰ੍ਹਾਂ ਸਟੈਪ ਬਾਏ ਸਟੈਪ ਅਸੀਂ ਬਿਗਨਰਸ ਦੀਆਂ ਜਿਹੜੀਆਂ ਕਲਾਸਾਂ ਆ ਉਹ ਵੀ ਅੱਗੇ ਅੱਗੇ ਕੰਟੀਨਿਊ ਰੱਖਾਂਗੇ। ਅਤੇ ਤੁਸੀਂ ਦੇਖ ਲਿਆ ਵੀ ਉਧਰੋਂ ਇੱਕ ਸਾਈਡ 'ਤੇ ਮੈਂ ਸ਼ੇਪ ਦੇ ਨਾਲ ਨਾਲ ਸਟੋਕ ਲੈ ਕੇ ਆਈ, ਔਰ ਫਿਰ ਦੂਜੀ ਸਾਈਡ 'ਤੇ, ਔਰ ਉੱਪਰ ਜਾ ਕੇ ਥੋੜ੍ਹੀ ਜਿਹੀ ਬਿੰਦੀ ਟਾਈਪ ਹੈ ਨਾ ਸਰਕਲ ਟਾਈਪ ਲਗਾ ਦਿੱਤਾ, ਤਾਂ ਬੰਦ ਜੀ ਸਾਡੀ ਜਿਹੜੀ ਆ ਬੱਡ ਆ ਉਹ ਬਣ ਜਾਏਗੀ। ਅਤੇ ਇੱਥੇ ਜਿਹੜੀਆਂ ਮੈਂ ਪੱਤੀਆਂ ਨਾ ਉਹ ਬੋਟਲ ਗ੍ਰੀਨ ਕਲਰ ਦੇ ਨਾਲ ਬਣਾ ਰਹੀ ਹਾਂ। ਜ਼ਿਆਦਾਤਰ ਅਸੀਂ ਸੈਪ ਗ੍ਰੀਨ ਯੂਜ਼ ਕਰਦੇ ਹਾਂ, ਬਟ ਇੱਥੇ ਕਿਉਂਕਿ ਇਹਦੇ ਉੱਪਰ ਮੈਂ ਵਾਈਟ ਦਾ ਵੀ ਇਫੈਕਟ ਦੇਣਾ, ਮੈਂ ਸੋਚਿਆ ਕਿ ਕਲਰ ਥੋੜ੍ਹਾ ਡਾਰਕ ਹੀ ਹੋ ਜੇ। ਅਤੇ ਇਹ ਵਾਲਾ ਜਿਹੜਾ ਬੋਟਲ ਗ੍ਰੀਨ ਕਲਰ ਆ ਨਾ ਉਹ ਮੈਂ ਯੂਜ਼ ਕਰ ਰਹੀ ਹਾਂ। ਇਹਦੇ ਨਾਲ ਪਹਿਲਾਂ ਪੱਤੀ ਦੇ ਵਿੱਚ ਅਸੀਂ ਕਲਰ ਭਰ ਲਾਂਗੇ। ਠੀਕ ਆ, ਔਰ ਫਿਰ ਨਾਲ ਦੀ ਨਾਲ ਹੀ ਜਿਹੜੀਆਂ ਡੰਡੀਆਂ ਨੇ ਉਹ ਤੁਸੀਂ ਨਾਲ ਹੀ ਬਣਾਈ ਜਾਓ, ਨਾਲ ਹੀ ਪੱਤੀਆਂ। ਜਦੋਂ ਕੋਈ ਵੀ ਕੰਮ ਇੱਕ ਕਲਰ ਦਾ ਕਰਨ ਲੱਗਦੇ ਹੋਏ ਤਾਂ ਕੰਟੀਨਿਊ ਉਹਨੂੰ ਮਤਲਬ ਸਾਰਾ ਕਰ ਲਿਆ ਕਰੋ ਫਿਰ, ਕਿਉਂਕਿ ਸਾਡੇ ਕੋਲ ਇਹ ਪ੍ਰੋਬਲਮ ਹੁੰਦੀ ਆ ਕਿ ਸਾਡੇ ਅੱਜ ਕੱਲ੍ਹ ਗਰਮੀਆਂ ਦੇ ਦਿਨਾਂ ਕਰਕੇ ਜਿਹੜੇ ਕਲਰ ਆ ਬਹੁਤ ਜਲਦੀ ਸੁੱਕਦੇ ਆ। ਠੀਕ ਆ, ਮੈਨੂੰ ਖੁਦ ਨੂੰ ਬੜੀ ਪ੍ਰੋਬਲਮ ਆਉਂਦੀ ਆ, ਮੈਂ ਟ੍ਰੇ 'ਚ ਕਲਰ ਪਾਉਂਦੀ ਹਾਂ ਉਸੇ ਟਾਈਮ ਹੀ ਸੁੱਕਣੇ ਸਟਾਰਟ ਹੋ ਜਾਂਦੇ ਆ। ਫਿਰ ਕਿਉਂਕਿ ਮੇਰੇ ਕੋਲ ਕੰਟੀਨਿਊ ਬੈਠਣ ਦਾ ਟਾਈਮ ਨਹੀਂ ਹੁੰਦਾ ਕਿ ਮੈਂ ਲਗਾਤਾਰ ਬੈਠੀ ਰਹਾਂ, ਮੈਨੂੰ ਉੱਠਣਾ ਵੀ ਪੈਂਦਾ ਵਿੱਚੋਂ, ਟਾਈਮ ਬਹੁਤ ਥੋੜ੍ਹਾ ਹੁੰਦਾ ਮੇਰੇ ਕੋਲ। ਸੋ ਵਿੱਚੋਂ ਵਿੱਚੋਂ ਫਿਰ ਜੇ ਮੈਂ ਕਲਰ ਪਾਉਣੀ ਆ ਤਾਂ ਉਹ ਸੁੱਕ ਜਾਂਦਾ ਆ, ਪਰ ਟ੍ਰੇ ਤੋਂ ਬਿਨਾਂ ਸੈੱਟ ਨਹੀਂ ਆਉਂਦਾ। ਜੇ ਸਿੱਧਾ ਡਾਇਰੈਕਟ ਯੂਜ਼ ਕਰਦੇ ਹਾਂ ਤਾਂ ਫਿਰ ਉਹ ਸਾਰਾ ਸੁੱਕਦਾ। ਠੀਕ ਆ, ਇਸ ਤਰ੍ਹਾਂ ਪੱਤੀਆਂ ਬਣਾ ਕੇ ਨਾਲ ਨਾਲ ਗਰਾਸ ਬਣਾ ਦੇਣੀ ਆ ਪੱਤੀਆਂ ਦੇ ਨਾਲ, ਯਾਨੀ ਕਿ ਛੋਟੀਆਂ ਪੱਤੀਆਂ, ਔਰ ਪੱਤੀਆਂ ਦੀ ਜਿਹੜੀ ਸ਼ੇਪ ਆ ਕਰਵ ਦੇ ਦੇਣੇ ਇਹਨਾਂ ਨੂੰ। ਠੀਕ ਆ, ਕੋਸ਼ਿਸ਼ ਕਰਿਓ ਕਿ ਦੇ ਦਿਓ ਕਰਵ, ਕਿਉਂਕਿ ਜਦੋਂ ਅਸੀਂ ਕੋਈ ਬਰਡਸ ਵਗੈਰਾ ਵਾਲਾ ਡਿਜ਼ਾਈਨ ਬਣਾਉਂਦੇ ਹਾਂ ਤਾਂ ਪੱਤੀਆਂ ਨੂੰ ਥੋੜ੍ਹਾ ਜਿਹਾ ਸਟਾਈਲਿਸ਼ ਲੁੱਕ ਦੇਣੀ ਹੀ ਪੈਂਦੀ ਆ। ਸਿੰਪਲ ਫਿਰ ਜ਼ਿਆਦਾ ਸੋਹਣਾ ਵੀ ਨਹੀਂ ਲੱਗਦਾ, ਕਿਉਂਕਿ ਵੈਸੇ ਵੀ ਇਹ ਜਿਹੜਾ ਡਿਜ਼ਾਈਨ ਆ ਇਹ ਉਹਨਾਂ ਦੇ ਲਈ ਆ ਜਿਹੜੇ ਥੋੜ੍ਹਾ ਪਹਿਲਾਂ ਹੀ ਥੋੜ੍ਹਾ ਮੁਹਾਰਤ ਹੈਗੀ ਆ ਉਹਨਾਂ ਨੂੰ ਪੇਂਟਿੰਗ ਦੇ ਵਿੱਚ। ਉਸ ਤੋਂ ਬਾਅਦ ਫਿਰ ਵੱਡੀ ਜਿਹੜੀ ਬੱਡ ਆ ਉਹਦੇ 'ਤੇ ਵੀ ਪੱਤੀਆਂ ਇਸੇ ਤਰ੍ਹਾਂ ਲਗਾ ਦੇਣੀਆਂ, ਔਰ ਇਹ ਡਿਜ਼ਾਈਨ ਨੂੰ ਤੁਸੀਂ ਅੱਗੇ ਵਧਾ ਸਕਦੇ ਹੋ। ਮੈਂ ਤੁਹਾਨੂੰ ਤਰੀਕਾ ਦੱਸਤਾ, ਆਈਡੀਆ ਦੇ ਦਿੱਤਾ, ਭਾਵੇਂ ਇਹਨਾਂ ਦੀ ਇੱਕ ਵੇਲ ਬਣਾ ਲਓ, ਭਾਵੇਂ ਤੁਸੀਂ ਇਹਦਾ ਬੰਚ ਬਣਾ ਲਓ, ਇਹ ਤੁਹਾਡੀ ਮਰਜ਼ੀ ਆ। ਠੀਕ ਆ, ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਇਹਨੂੰ ਕਿੱਦਾਂ ਬਣਾਉਣਾ ਚਾਹੁੰਦੇ ਹੋ। ਸੋ ਤੁਹਾਡੇ ਸਾਹਮਣੇ ਹੀ ਮੈਂ ਮਤਲਬ ਕ੍ਰੀਏਟ ਕੀਤਾ ਡਿਜ਼ਾਈਨ, ਕੋਈ ਇਹ ਤਾਂ ਨਹੀਂ ਵੀ ਪਹਿਲਾਂ ਮੈਂ ਕੀਤਾ ਸੀ ਜਾਂ ਕੁਛ ਵੀ ਆ, ਜਾਂ ਜਸਟ ਮੈਨੂੰ ਕਿਸੇ ਨੇ ਪਿੱਕ ਭੇਜੀ ਸੀ ਵੀ ਆਈਡੀਆ ਜਿਹਾ, ਮੈਨੂੰ ਉਸੇ ਤਰ੍ਹਾਂ ਹੀ ਮੈਂ ਸਟਾਰਟ ਕਰ ਦਿੱਤਾ ਵੀ ਚਲੋ ਆਪਾਂ ਥੋੜ੍ਹਾ ਜਿਹਾ ਹੁੰਦਾ ਆ ਕਿ ਨਾ, ਕਿਉਂਕਿ ਹਰ ਕਿਸੇ ਦਾ ਦੇਖੋ ਆਪਣਾ ਤਰੀਕਾ ਹੁੰਦਾ ਬਣਾਉਣ ਦਾ। ਜਿਸ ਤਰ੍ਹਾਂ ਮੈਂ ਪੇਂਟਿੰਗ ਕਰਦੀ ਹਾਂ, ਮੇਰੇ ਨਾਲ ਕੋਈ ਹੋਰ ਹੋਏਗਾ
तो जरूरी नहीं है वह बनाने का तरीका मेरे वाला ही होएगा, हो सकता वह कोई तरीका होर हो ना, कोई थोड़ा अपने तरीके जो ईजी लगता उ यूज़ करता। सो मैनू इतने मैं देखो पत्तियां जड़ियाँ ना बाद चो उपर वाइट स्टॉक लिया लियाने पत्ती दे शेप दे नाल नाल, जे तुसी विच डिस्टेंस छड्डना गैप छड्डना छड्ड सकदे हो। एक पत्ती च मैं छड्डिया पहली च, पर दूसरियां च मैं नहीं छड्ड रही, सिंपल एक लाइन जी विच थोड़ा गैप छड्ड रही हाँ। सो जिहड़ा तरीका तुहानू पसंद आवे तुसी ओह यूज़ कर सकदे हो। वैसे मैनू इन्हां दोनों पत्तियां चों घट गैप वाली जिहड़ी पत्ती आ उह ज़्यादा पसंद आई है ना, बाकी तुहानू जो अच्छा लगता तुसी कर सकदे हो। हर किसी दे अपने अपने व्यूज़ हुंदे ने। ते ये सी जी अपना डिज़ाइन। सो उम्मीद करती हाँ कि तुहानू ये डिज़ाइन पसंद आया होएगा। सो जड़े पेंटिंग रोजाना करते हैं जो भी चीज़ा भी हैं, सो मैनू कोई डिज़ाइन जो तुसी सेंड करोगे तो मैं कोशिश जरूर करूँगी कि मैं वीडियो अपलोड करा, ठीक है। तो बिगिनर्स के लिए मैं कॉन्टीन्यू रखूँगी। अगला डिज़ाइन लैके फिर कोई नवा, मतलब तुहाडे लई जो ईजी भी होगा और जिहदे नाल एक पेंटिंग कोर्स कंप्लीट होएगा वो भी लैके आवांगे। धन्यवाद जी।